तरीक है जी अज दी 12 जनवरी 2023। थोड़ा सारे का स्वागत है। टेंट कर लिया इकट्ठा तो हम इतों चले हाँ। तो जे बीच से बंदे रहते हैं वो शांति पसंद ने, रौला रप्पा नहीं पाते, आराम बोलते रौला रप्पा लेने। इन पता नहीं कलाचा बीच कहते हैं शायद, आंदा आराम बोलते बेची है चक समान। ਜਦੋਂ ਇਹਨਾਂ ਦੀ ਅੱਖ ਖੁੱਲਦੀ ਹੈ ਸਮੁੰਦਰ 'ਚ ਵੜ ਜਾਂਦੇ ਨੇ ਗੋਰੇ, ਸਾਰਾ ਦਿਨ ਬਾਅਦ ਨਹਾਈ ਜਾਂਦੇ ਨੇ, ਸੁਕਾ ਲੈਂਦੇ ਨੇ ਸਰੀਰ ਨੂੰ ਫਿਰ ਵੜ ਜਾਂਦੇ ਨੇ। ਟਾਈਮ ਹੋ ਗਿਆ ਜੀ 9:15 ਅਤੇ ਹੁਣ ਬੀਚ ਤੋਂ ਨਿਕਲ ਕੇ ਥੋੜ੍ਹਾ ਜਿਹਾ ਰੋਡ ਵੱਲ ਨੂੰ ਚੱਲੇ ਹਾਂ, ਖਾ ਪੀ ਲਈਏ ਫਿਰ ਚੱਲਦੇ ਹਾਂ ਮੋਰ ਜਿਮ ਬੀਚ। ਦੁਕਾਨਾਂ ਹਾਲੇ ਖੋਲ੍ਹਣ ਨਹੀਂ ਲੱਗੀਆਂ, ਕੁਛ ਕੁਛ ਖੁੱਲੀਆਂ ਨੇ ਵਿੱਚ ਨੂੰ, ਟਾਈਮ ਹੀ ਵਿਹਲੀਆਂ ਜੀ, ਬਾਕੀ ਸਭ ਬੰਦ ਨੇ। रोड ते जाना या बीच दे नाल नाल? नहीं रोड ते जाऊंगा, सीधा रोड ते निकली है। नहीं नहीं बीच दे नाल आपां छेती पहुंचांगे। बीच दे नाल हां एक ना चेक कर ला पहले किलोमीटर दी वाट देखते हैं। असि आ गए जी आर लेडी ऑफ माउंट कारमल चर्च आरंबल विखे। जदों इह 1780 दे विच बणी सी उदों इह डेडिकेटेड सीगी, मतलब समर्पित सी सेंट जोन द बैपटिस्ट करके संत सीगे, तो उस 1841 रीकंसट्रक्टड की गई, तो उस बाद पै गया नाम आर लेडी ऑफ माउंट कारमल, जो हुण तक जाना जाता है। माउंट कारमल चर्च कहिंदे आ, आरंबल चर्च भी कहिंदे आ। तो जदों इह बणी सी 1780 दे विच उदों इहड़ा इह एरिया अधीन हुंदा सी पुर्तगालियां दे। बस स्टैंड दे आ गए सी, आरंबल बीच तो होगा डिस्टेंस बस स्टैंड का 2 किलोमीटर, ਬਾਈ ਤਾਂ ਕਹਿੰਦਾ 5 ਮਿੰਟ ਦੀ ਵਾਟ ਆ, ਕਾਫੀ ਟਾਈਮ ਲੱਗ ਗਿਆ। ਹੁਣ ਇੱਥੋਂ ਬੱਸ ਆਊਗੀ 11:30 ਵਜੇ, 10:30 ਹੋਏ ਹਾਲੇ, ਘੰਟੇ ਬਾਅਦ ਆਊਗੀ। ਬਾਕੀ ਮੈਂਡਰੀਮ ਵੀ ਜਾ ਕੇ ਹੀ ਸੋਚਦੇ ਹਾਂ ਵੀ ਸਕੂਟੀ ਵਗੈਰਾ ਰੈਂਟ ਕਰੀਏ, ਜਾ ਕੇ ਪੁੱਛਦੇ ਹਾਂ ਪਹਿਲਾਂ ਹਿਸਾਬ ਕਿਤਾਬ ਕੀ ਆ। ਇੱਥੇ ਗੱਲ ਨੋਟ ਕੀਤੀ ਮੈਂ ਬਈ, ਜਿਹੜੇ ਆਪਣੇ ਵਾਲੇ ਮੁੰਡੇ ਕੁੜੀਆਂ ਨੇ ਨਾ ਇੱਥੋਂ ਦੇ, ਉਹ ਵੀ ਗੋਰਿਆਂ ਵਾਂਗੂ ਬਣੇ ਹੋਏ ਨੇ, ਜਿਵੇਂ ਕੁੜੀਆਂ ਨੇ ਉਹ ਜਟਾਂ ਜਿਹੀਆਂ ਪਾਈਆਂ ਹੋਈਆਂ ਨੇ, ਜਾਂ ਮੁੰਡਿਆਂ ਨੇ ਟੈਟੂ ਇੱਥੇ ਬਾਹਾਂ 'ਤੇ। ਕਿਵੇਂ ਖੜਾ ਸੀ ਹੈਂ? ਕਿਵੇਂ ਖੜਾ ਸੀ ਮਾਂ ਚੱਕ ਕੇ ਆ? ਓਏ ਯਾਰ, ਜਿਹੜੇ ਮੋਟਰਸਾਈਕਲ ਵਗੈਰਾ ਰੈਂਟ ਕਰਦੇ ਨੇ ਉਹਨਾਂ ਨੂੰ ਪੁੱਛਿਆ ਸੀ, ਅਤੇ ਉਹ ਸਿਕਿਉਰਿਟੀ ਪਹਿਲਾਂ ਭਰਵਾਉਂਦੇ ਨੇ, ਕਾਫੀ ਅਮਾਊਂਟ ਭਰਵਾਉਂਦੇ ਨੇ, ਅਤੇ ਉਹ ਤਾਂ ਬਣੀ ਨਹੀਂ ਗੱਲ। ਹੁਣ ਸਾਡੇ ਕੋਲ 2 ਆਪਸ਼ਨ ਆਏ, ਤਾਂ ਅਸੀਂ ਸਾਈਕਲ 'ਤੇ ਘੁੰਮ ਲਈਏ ਜਾਂ ਬੱਸ 'ਤੇ। ਬੱਸ 'ਤੇ ਅਸੀਂ ਜਾਣਾ ਨਹੀਂ ਚਾਹੁੰਦੇ ਕਿਉਂਕਿ ਚੀਜ਼ਾਂ ਮਿਸ ਹੋ ਜਾਂਦੀਆਂ ਨੇ, ਕਈ ਵਾਰ ਦੇਖਣ ਵਾਲੀ ਚੀਜ਼ ਹੁੰਦੀ ਤਾਂ ਮਿਸ ਹੋ ਜਾਂਦੀ ਆ। ਅਤੇ ਹੁਣ ਸਾਡਾ ਇੱਕ ਮਿੱਤਰ ਇੱਥੇ ਸਾਈਕਲ ਵਾਲਾ, ਉਹਦੇ ਕੋਲ ਚੱਲੇ ਹਾਂ, ਉੱਥੋਂ ਸਾਈਕਲਾਂ ਚੱਕਦੇ ਹਾਂ ਜਾਂਦੇ ਦੁਬਾਰੇ। ਵੀਰ ਕੋਲ ਥੋੜ੍ਹਾ ਜਿਹਾ ਕੰਮ ਕਰਾਇਆ ਸੀ ਅਸੀਂ 7 ਤਰੀਕ ਨੂੰ, ਅਤੇ ਬਾਈ ਕੋਲ ਹੀ ਆਏ ਆ, ਮਿੱਤਰ ਦਾ ਪੈ ਗਈ ਸੀ ਬਾਈ ਨਾਲ ਵਧੀਆ, ਅਤੇ ਹੁਣ ਸਾਈਕਲ ਲੈ ਚੱਲੇ ਇੱਥੇ, ਦੋ ਟਾਇਰ ਵਾਲੇ, 3 ਟਾਇਰ ਵਾਲੇ ਵੀ ਪਛਲਾ ਸਕਦੇ ਸਾਡੇ ਕੋਲ ਟਰਾਈਕਰ ਨੇ। ਉਹਦਾ ਇਹ ਚੱਕਰ ਹੁੰਦਾ ਵੀ ਕਈ ਵਾਰ ਆਪਾਂ ਨੂੰ ਗਲੀ 'ਚ ਨੂੰ ਵਾੜਨਾ ਪੈ ਜਾਂਦਾ, ਜਾਂ ਜਗ੍ਹਾ ਇਹੋ ਜਿਹੀ ਹੁੰਦੀ ਹੈ ਵੀ ਸਾਨੂੰ ਪਿੱਛੇ ਘੁਰਾਉਣੀਆਂ ਪੈਂਦੀਆਂ ਨੇ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਦਿੱਕਤ ਹੋਵੇ। ਇਹੀ ਆ 2 ਟਾਇਰ ਵਾਲੀ ਸਾਈਕਲਾਂ 2 ਲੈ ਲੈਣੀਆਂ ਹਨ, ਬਾਕੀ ਗਾਹ ਕੇ ਰੱਖ ਦਾਂਗੇ, ਕੋਈ ਚੱਕਰ ਵਾਲੀ ਗੱਲ ਨਹੀਂ। ਇੱਥੇ ਆਉਂਦੇ ਜਾਂਦੇ ਬੰਦੇ ਆਪਾਂ ਨੂੰ ਪੁੱਛੀ ਜਾਂਦੇ ਨੇ ਵੀ ਰੂਮ ਮਿਲ ਗਿਆ, ਰੂਮ ਮਿਲ ਗਿਆ, ਅਸੀਂ ਭੁੱਲ ਵੀ ਗਏ ਬੰਦਿਆਂ ਦੇ ਚਿਹਰੇ, ਪਰ ਇਹਨਾਂ ਨੂੰ ਯਾਦ ਹੈ, ਕੋਈ ਬਸ ਦੇ ਦਿਓ। ਇੱਥੇ ਅਸੀਂ ਆ ਸਾਰਾ ਪਿੰਡ ਘੁੰਮੇ ਸੀ 2-3 ਘੰਟੇ, ਅਤੇ ਉਹੀ ਪਿੰਡ ਵਾਲੇ ਲੋਕ ਜਦੋਂ ਉਹਨੂੰ ਨਿਕਲਦੇ ਨੇ ਸਾਨੂੰ ਹੱਕ ਮਾਰ ਕੇ ਜਾਂਦੇ ਨੇ, ਕਹਿੰਦੇ ਰੂਮ ਮਿਲ ਗਿਆ ਕਿ ਨਹੀਂ ਮਿਲ ਗਿਆ, ਵਾਹ ਮਿਲ ਗਿਆ ਭਾਈ, ਔਖਾ ਦੋ ਆ। ਸਾਈਕਲ ਲੈ ਨੇ ਰੈਂਟ 'ਤੇ, ਵੈਸੇ ਤਾਂ ਬਾਈ ਹੁਰੀ ਚਾਰਜ ਕਰਦੇ ਨੇ ਪਰ ਡੇ ਦਾ 100 ਰੁਪਏ ਪਰ ਸਾਈਕਲ ਦਾ, ਪਰ ਸਾਡੀ ਲਿਹਾਜ਼ ਪੈ ਗਈ ਸੀ ਅਤੇ ਬਾਈ ਨੇ ਉੱਥੋਂ ਦੋਨਾਂ ਸਾਈਕਲਾਂ ਦੇ 150 ਰੁਪਇਆ ਲਿਆ ਇੱਕ ਦਿਨ ਦਾ ਦੋਨਾਂ ਸਾਈਕਲਾਂ ਦਾ। ਅਤੇ ਜੇ ਤੁਸੀਂ ਗੋਆ ਨੂੰ ਸਾਈਕਲ 'ਤੇ ਘੁੰਮਣਾ ਚਾਹੁੰਦੇ ਹੋ, ਬਾਇਆ ਟ੍ਰੇਨ ਜਾਂ ਬਾਇਆ ਪਲੇਨ ਆਉਂਦੇ ਹੋ, ਤਾਂ ਆਹ ਦੇਖ ਲਓ, ਨਾਮ ਪੜ੍ਹ ਲਓ, ਅਕਸ਼ਦਾ ਸਪੇਅਰ ਪਾਰਟਸ ਐਂਡ ਸਾਈਕਲ ਰਿਪੇਅਰ ਸੈਂਟਰ। ਜੇ ਤੁਸੀਂ ਗੂਗਲ ਮੈਪ 'ਤੇ ਵੀ ਪਾਉਂਦੇ ਹੋ ਇਹ ਨਾਮ ਭਰ ਕੇ, ਤੁਹਾਨੂੰ ਲੋਕੇਸ਼ਨ ਮਿਲ ਜੂਗੀ, ਮੋਰਜਿਮ ਬੀਚ ਦੇ ਬਿਲਕੁਲ ਕੋਲ ਆ, ਇੱਥੇ ਆਹ ਬਾਈ ਹੋਈ ਮਿਲਣਗੇ। ਅਤੇ ਹੁਣ ਚੱਲਦੇ ਹਾਂ ਅੱਗੇ ਵੱਲ ਨੂੰ, ਮੋਰਜਿਮ ਬੀਚ ਦੇਖਦੇ ਹਾਂ, 1-2 ਲੋਕੇਸ਼ਨਾਂ ਮਾਰਕ ਕੀਤੀਆਂ ਨੇ ਮੈਂ ਉਹ ਦੇਖਦੇ ਹਾਂ। ਇਹ ਸਾਈਕਲ ਤੋਂ ਦੁਨੀਆ ਦਿਖਦੀ ਹੈ ਇੱਦਾਂ ਦੀ, ਟਰੈਕ 'ਚ ਆਪਾਂ ਥੋੜ੍ਹੇ ਜਿਹੇ ਨੀਵੇਂ ਬੈਠੇ ਹੁੰਦੇ ਹਾਂ, ਪਰ ਉਹਦੇ 'ਚ ਆਰਾਮ ਜ਼ਿਆਦਾ।
नहीं हिला सकता, पर उन्हें सैटिंग की हुई है छेवें गेयर तक। हाँ सत्तवें जाके डीलर फस जाता हूँ जिमें, तो इतने जिमें आप सैकल रेंट करते हैं या कार स्कूटी जो भी, तो वो सिक्योरिटी डिपोजिट करनी पैंती है। पहला सानू करनी पी दो सैकलों की 10,000 रुपया, 5,000 पर सैकल का चार्ज किया उन्हें। तो स्कूटी का पूछा सी, वह कहना सी 20,000 रुपये एक स्कूटी का डिपोजिट, और रेंट ज़्यादा सी, 700 मंगता सी। सस्ते मिल जाते अपन 450 तक मिल जाना सी, पर लभना पैना सी बड़ा, तो सैकल सानू वधिया रह गए। सैकलों लाती लॉक तो पहुँच गया मोरजिम बीच से, पर थोड़ा एक बार मैप से समझा दें थोड़ा जहा नॉर्थ गोवा का। हूँ थोड़ा समझाने भी असं कि टुकड़ा देख रहे हैं अज आला क्वेरियम तो लैके मोरजिम, आ मोरजिम असं मोरजिम की जड़ च खड़े हाँ। कल असं रुके हुए सी आरामबोल को, स्वीट लेक के इतने नेड़े तेरे एक कैंप लाया होया सी, ते जिहड़ी ट्रैकिंग की कल असी वो इतों जो पहाड़ चढ़ के आप क्वेरियम केव को होकर इधर निकल गए थे असं क्वेरियम बीच को। क्वेरियम केव असी कल साड़ी रह गई सी, अज देख के आवेंगे, तो इतने एक दो पॉइंट होर ने वो भी देखा। हूँ असी कवर कर लाँगे अज के जेडे कल का एपीसोड तुम देखे क्वेरियम तो लेके इतने मोरजिम तक, तो कलू असी यह टुकड़ा देखा सारा वैगटर तो कंडोलिम तक, तो फिर पणजी तो वास्को डी गावा। इतने जो घूमने वाला एरिया वो जमा नाल नाल समुद्र दे, सिर्फ ये घूमने वाला या सारा काम करने वाला एरिया, इतने घूमने कोई खास जगह नहीं हैगी, सिर्फ इन्ना एरिया। तो गोवा है भी बहुत छोटा, इतों जो असं हम कर्नाटका जाना तो असी ला लो भी 125 किलोमीटर होगा, एग्जैक्टली नहीं पता पर इन्ना होगा एरिया। चलो चलते होगा जी, पिछे झुग्गियां पई हुई ने शैक्स कहने ना, तो हर शैक के मूहरे अपने अपने इदा के बेंच रखे होंगे, इदा भी चार्ज करते हैं रेस्ट कर या ना आके पै जाते हैं कोई बंदे इतने आके। विकास फोन कट माड़े अपना मैप खोली, इन्हें शैक्स थानू खाण पीने का समान मिले ना मिले पर दारू जरूर मिल जाऊगी, हर झुग्गी च दारू दियां बोतलां पईयां ने। जिहड़ी ओह जीप जांदी आ इह फेरा दिंदी रहिंदी आ इह बीच ते सिरे तक, जिद्दां कोई रुढ़ अड़ जावे समुंदर च डुब जावे उहनां वास्ते ने इह लाइफ सेवर, पता नहीं की कहिंदे आ। मोरजिम दा इक हिस्सा तां असीं वेख लिया, हुण दूजे हिस्से वल चलदे आ। दो भागा च वंडिया होया मोरजिम, एक थोड़ा ज़्यादा क्राउडेड होंदा, एक पासे भीड़ भड़ाका घट होंदा। हुण जिथे भीड़ भड़ाका घट होंदा उधर चले हुए हां असीं, ते इत्थे थोड़ा शांति पसंद लोग रहिंदे ने। जिथे असीं कल तंबू कढ़िया होया सी आरामबोल बीच वल, उत्ते जम्मी जिहड़ा दुनिया नाल टुटे हुए ने तंबू लाए हुए ने, रूसी लोग ने ज़्यादा, उह हिप्पीज़ कहिंदे ने उन्हां नूं। हिप्पीज़ की एक बार तुसीं हिस्टरी जाण लो, फिर आप एक बार अगे गोवा की हिस्टरी बारे अगे झाती मार लेंगे, पहला हिप्पी वाला तुसीं पाठ देख लो। हिप्पी शब्द ने जन्म लिया 1960 के नेड़ तेड़, तो ये शब्द आया सी हिपस्टर तो। हिपस्टर शब्द पहला वरत दिता जाता सी जे कोई कल्चर के उल्ट चलता सी, कपड़े ऊट पटांग कोई पौधा हुंदा सी तां उहनूं हिपस्टर कहिंदे सी। हिप्पीज़ का एक अंदोलन होया सी अमरीका दे विच बहुत तगड़ा, जिहड़ा कि सी न्यूकलीयर वैपनस ते जिहड़ी वियतनाम वार दे विच अमरीका की भूमिका सी उहदे खिलाफ। उस तो बाद इन्हां दी मूवमेंट बाकी देशों 'च वी फैली, तो हिप्पी कल्चर बहुत मशहूर हो गया सी। इन्हां दे कॉन्सर्ट होण लगे, म्यूजिकल कॉन्सर्ट, तो इन्हां दा कल्चर बन गया जिहदे 'च तुसीं इन्हां नूं पछाणना होवे तां खुले कपड़िआं नाल म्यूजिक पसंद लोग, तो नशा वगैरह बहुत करते होंगे सी, भंग वगैरह बहुत पीते होंगे सी, पर रहिंदे इह शाकाहारी ने ते वातावरण प्रेमी ने। उस तो बाद हिप्पी ट्रेल रूट फॉलो करते हुए 70-80 दहाके की गल आ इंडिया च आए,
ਅਤੇ ਇੰਡੀਆ 'ਚ ਇਹਨਾਂ ਦਾ ਜਿਹੜੇ ਫੇਵਰੇਟ ਲੋਕੇਸ਼ਨ ਹੁੰਦੀਆਂ ਸੀ ਕਸ਼ਮੀਰ, ਮਨਾਲੀ, ਨੇਪਾਲ ਦਾ ਕਾਠਮਾਂਡੂ ਅਤੇ ਆਪਣਾ ਜਿੱਥੇ ਹੁਣ ਅਸੀਂ ਹੈਗੇ ਹਾਂ ਗੋਆ। ਇੱਥੇ ਹਰ ਕਲਚਰ ਦੇ ਲੋਕ ਆਉਂਦੇ ਸੀ ਅਤੇ ਗੋਆ ਦੇ ਲੋਕ ਉਹਨਾਂ ਦਾ ਸਵਾਗਤ ਵੀ ਖੁੱਲ੍ਹੀਆਂ ਬਾਹਾਂ ਨਾਲ ਕਰਦੇ ਹੁੰਦੇ ਸੀ। ਅਤੇ ਜਿਸ ਕਿਸੇ ਨੂੰ ਗੋਆ ਪਸੰਦ ਆ ਜਾਂਦਾ ਹੁੰਦਾ ਸੀ ਜਾਂ ਕੋਈ ਹੋਰ ਲੋਕੇਸ਼ਨ ਇੰਡੀਆ ਦੀ ਪਸੰਦ ਆ ਜਾਂਦੀ ਸੀ ਉੱਥੇ ਰਹਿ ਵੀ ਪੈਂਦੇ ਸੀ। ਜਿਵੇਂ ਕਿੱਸਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਅਮੈਰੀਕਾ ਤੋਂ ਗੋਰਾ ਆਇਆ ਸੀ, ਐਡੀ ਕਰਕੇ ਨਾਮ ਸੀ ਉਹਦਾ, 8 ਫਿੰਗਰ ਐਡੀ ਕਰਕੇ ਬਹੁਤ ਮਸ਼ਹੂਰ ਹੋਇਆ ਸੀ ਉਹ। ਅਤੇ ਉਹਨੂੰ ਇੱਥੋਂ ਦੀ ਜਗ੍ਹਾ ਐਡੀ ਪਸੰਦ ਆਈ ਕਿ ਉਹਨੇ ਆਪਣੇ ਜ਼ਿੰਦਗੀ ਦੇ ਬਾਕੀ ਸਾਲ ਸੀ ਜਿਹੜੇ ਉਹ ਗੋਆ 'ਚ ਹੀ ਰਹਿ ਕੇ ਕੱਟੇ ਅਤੇ ਗੋਆ 'ਚ ਹੀ ਉਹਨੇ ਆਪਣੇ ਆਖਰੀ ਸਵਾਸ ਲਏ ਸੀ 2010 ਦੇ ਵਿੱਚ। ਜਿਵੇਂ ਆਪਣੇ ਪਤੰਗ ਉਡਾਉਂਦੇ ਨੇ ਉਹ ਪੈਰਾਸ਼ੂਟ ਜਿਹੇ ਲੱਗੇ ਹੋਏ ਉਡਾਉਣ, ਉਹਨੇ ਕੰਨੀ ਦਿੱਤੀ ਹੁਣ ਦੂਜੇ ਗੋਰੇ ਨੇ ਲੱਗਿਆ। ਹਾਂ ਪਰ ਕੰਟਰੋਲ ਕਰਨਾ ਸਿੱਖਦਾ ਹੋਵੇ ਜਾਂ ਕੋਈ ਸਪੋਰਟ ਹੋਵੇ ਪਤਾ ਨਹੀਂ, ਬੜਾ ਹਿਸਾਬ ਆ, ਹੋਰ ਬੁਰਾ ਲੱਗਿਆ ਹੋਇਆ। ਮੋਰਜਿਮ ਬੀਚ ਤੋਂ ਮੈਂਡਰੀਮ ਬੀਚ ਚੱਲੇ ਸੀ, ਅਸ਼ਵਿਮ ਬੀਚ ਵੀ ਦੇਖਣਾ ਸੀ ਹਾਲੇ, ਪਰ ਸਾਡੀ ਕਿਸਮਤ ਐਡੀ ਵਧੀਆ ਵੀ ਇਹ ਪੈਂਚਰ ਹੋ ਗਿਆ। ਹੁਣ ਤਾਂ ਪੈਂਚਰ ਲਿਖੇ ਨੇ ਬਸ ਜ਼ਿੰਦਗੀ 'ਚ, ਹੁਣ ਦੁਬਾਰੇ ਚੱਲ ਚੰਗਾ ਫਿਰ ਹੈ, ਚੰਗਾ ਦੋ ਢਾਈ ਮੈਂ ਨਿਕਲਣਾ ਫਿਰ ਮਿਲਦੇ ਹਾਂ, ਚੰਗਾ 2-2.5 ਕਿਲੋਮੀਟਰ 'ਤੇ ਜਾਵਾਂ ਜੀ ਸਾਈਕਲ ਵਾਲਾ, ਉਹਦੇ ਕੋਲ ਜਾਊਂਗੇ ਪੈਂਚਰ ਲਵਾਂਗੇ, ਫਿਰ ਦੇਖਦੇ ਹਾਂ ਜੇ ਦਿਨ ਖੜ੍ਹਾ ਹੋਇਆ ਦੁਬਾਰੇ ਆਵਾਂਗੇ, ਨਹੀਂ ਕਮਰੇ ਵੱਲ ਨਿਕਲ ਜਾਵਾਂਗੇ। ਪੈਂਚਰ ਲਾ ਕੇ ਹੁਣ ਦੁਬਾਰੇ ਚੱਲਿਆ ਮੋਰਜਿਮ ਬੀਚ ਵੱਲ ਨੂੰ, ਸ਼ਾਮ ਢਲ ਚੱਲੀ ਆ ਬਸ, ਅਤੇ ਕੈਂਪਿੰਗ ਦਾ ਦੇਖਦੇ ਹਾਂ ਜਾ ਕੇ ਹੁਣ, ਬਾਕੀ ਜਿਹੜਾ ਇੱਥੇ ਦਾ ਹਿੱਸਾ ਰਹਿ ਗਿਆ ਕੱਲ੍ਹ ਨੂੰ ਦਿਖਾ ਦਾਂਗੇ ਤੁਹਾਨੂੰ, ਕੋਈ ਗਾਲੀ ਨਹੀਂ ਸਾਨੂੰ। ਸਮਾਨ ਅਸੀਂ ਚੱਕਿਆ ਹੋਇਆ ਸੀ ਆਪਣਾ ਕੈਂਪਿੰਗ ਵਾਲਾ, ਕੁਛ ਆ ਮੂਹਰੇ ਬੰਨਿਆ ਹੋਇਆ, ਅਤੇ ਹਾਂ ਮੋਰਜਿਮ ਚੱਲਦੇ ਨੇ, ਇਨਕੁਆਇਰੀ ਚੱਲਾਂਗੇ ਇਹਦੇ ਨੂੰ ਵਿੱਚ ਨੂੰ ਚੱਲ ਜਾਂਗੇ। ਸਮਾਨ ਧਰ ਲਿਆ ਅਤੇ ਸਨਸੈਟ ਦੇਖੀ ਜਾਂਦੇ, ਬਸ ਡੁੱਬ ਚੱਲਿਆ ਸੂਰਜ, ਆਹ ਵਿਕਾਸ ਦਾ ਖੜਾ ਚੰਗਾ। ਜਿਹੜਾ ਸਾਨੂੰ ਪੈਰਾਸ਼ੂਟੀਆਂ ਦਿਖਾਉਂਦੇ ਸੀ ਉਹ ਕੰਟਰੋਲ ਕਰਨਾ ਸਿੱਖਦਾ ਸੀ, ਬੇਕ ਬੋਰਡ ਕਹਿੰਦੇ ਆ ਸ਼ਾਇਦ ਇਹਨੂੰ, ਇੰਟਰਨੈਟ 'ਤੇ ਵੇਖਿਆ ਸੀ ਸ਼ਾਇਦ, ਉਸ ਕੁਝ ਹੋਰ ਤਰੀਕੇ ਨਾਲ ਕਰਦੇ ਹੋ, ਪਰ ਉਹ ਪੱਟੀਏ 'ਤੇ ਚੜ੍ਹ ਕੇ ਪੈਰਾਸ਼ੂਟ ਦੀ ਮਦਦ ਨਾਲ ਆਪਣੀ ਟੈਂਟ ਤਾਂ ਅਸੀਂ ਲਾ ਲਿਆ ਪਰ ਹਵਾ ਬਹੁਤ ਚੱਲਦੀ ਆ, ਡਿਕਡੋਲੇ ਜੇ ਖਾਂਦਾ ਟੈਂਟ ਸਾਡਾ, ਬਾਕੀ ਉੱਦਾਂ ਕੰਮ ਲੋਟਾ ਲਫੜਾ, ਬਾਅਦ 'ਚ ਲੋਕ ਲਾ ਦਾਂਗੇ, ਅਜੇ ਪਲਾਈ ਦੇਵਾਂ ਹਵਾ ਕਰਕੇ ਥੋੜ੍ਹਾ ਜ਼ਿਆਦਾ ਕਰਦਾ, ਨਹੀਂ ਆਉਂਦਾ ਹਾਲੇ, ਹਾਲੇ ਲਾਈ ਦੇ ਬਾਹਰੋਂ ਲਾ ਦੇ। ਠੀਕ ਹੈ ਮਿੱਤਰੋ, ਵਲੌਗ ਦੀ ਕਰਦੇ ਹਾਂ ਸਮਾਪਤੀ। ਟੈਂਟ ਪਿੱਛੇ ਸਾਈਕਲਾਂ ਲੰਬੀਆਂ ਪਾ ਲਈਆਂ ਸੀ, ਇੱਥੇ ਅਲਾਊਡ ਨਹੀਂ ਹੈ ਕਹਿੰਦੇ ਟੈਂਟ ਲਾਉਣਾ, ਪਰ ਅਸੀਂ ਲਾ ਲਿਆ, ਪਹਿਲਾਂ ਮੈਂ ਫਲੈਸ਼ ਬੰਦ ਕਰ ਦੇਵਾਂ, ਪਰ ਅਸੀਂ ਲਾ ਲਿਆ ਸੀ, ਦੇਖੀ ਜਾਵਾਂਗੇ ਜੋ ਹੋਇਆ, ਅਤੇ ਚੱਲਦੇ ਹਾਂ ਹੁਣ ਅੰਦਰ, ਬਾਕੀ ਸਵੇਰੇ ਮਿਲਦੇ ਹਾਂ, ਸਵੇਰੇ ਕਰਦੇ ਹਾਂ ਗੱਲਬਾਤ। ਧੰਨਵਾਦ ਵਲੌਗ ਦੇਖਣ ਲਈ, ਸਤਿ ਸ਼੍ਰੀ ਅਕਾਲ ਜੀ।